मैं एक ऐसी शख्सियत दे नाल बैठा हरविंदर मनकर जी। ऐ तुहानूं शायद पता ही होएगा कि मोटू पतलू जिहड़ा एक मैगजीन सी, मोटू पतलू मैगजीन नूं शुरुआत इन्हां ने कीती, ए डायरेक्टर ने उस दे। ते मेरे ख्याल नाल जिन्ने भी वर्ल्ड दे बंदे मोटू पतलू नूं देखिया इंडिया दे या किसी भी जगह दे, ते तुसीं ए देखो इन्हां दी क्रिएशन ते इन्हां नूं किन्ना प्यार मिलिया लोकां दा। ते अज मैं तुहाडे सामने अपना मैं हरविंदर जी दे सामने बैठा, मैनू इन्ना माण मिलता पिया, इन्ना मैनू माण महसूस हो रहा है कि हाँ भी मैं एक ऐसी शख्सियत के सामने बैठा। तो लो जी आप हरविंदर जी दे नाल गलबात करते हैं। हरविंदर जी सत श्री अकाल हजूर, जिन्हें भी वेखण वाले हिंदुस्तान दे या हिंदुस्तान दे बाहर उस समुंदर पार दे वो सारे वीर वो पैना वो दोस्त उन्हें सारे नू सर जमीने हिंद तो मेरा सलाम, मेरा आदाब, मेरा सत श्री अकाल। क्या बात है जी। रविंदर जी कुछ अपनी हड बीती थोड़ा किस तरह शुरू होया सफर, ते हुण ते तुसी मेरे ख्याल नाल मूवीज बना चुके हो काफी, ते उहदे बारे थोड़ा बहुत चानना पाओ। हर आदमी की जिंदगी चावला साहब एक मुरशद हुंदा, एक सतगुरु हुंदा, एक रब हुंदा जिहड़ा उह सारी लेख जिहड़े तुर दरगाह तो लिख के तुहानू दे दिंदा। ਤੁਰ ਦਰਗਾਹ ਤੋਂ ਲਿਖੀ ਹੋਈ ਜਿਹੜੀ ਗੱਲ ਹੁੰਦੀ ਹੈ ਉਹ ਹਮੇਸ਼ਾ ਜਦੋਂ ਜਨਮ ਲੈਂਦਾ ਇਨਸਾਨ ਤਦ ਤੋਂ ਤੁਹਾਡਾ ਮਰਨ ਤੱਕ ਦਾ ਹਰ ਹਿਸਾਬ ਕਿਤਾਬ ਤੁਹਾਡੇ ਲੇਖੇ ਲਿਖਿਆ ਹੋਇਆ। ਕੀ ਹੋਣਾ, ਕਦੋਂ ਹੋਣਾ, ਕਿੱਦਾਂ ਹੋਣਾ, ਅਸੀਂ ਤਾਂ ਸਿਰਫ ਮੈਂ ਕ੍ਰੈਡਿਟ ਲੈਣ ਵਾਲੇ ਬੰਦੇ ਹੋ ਜਾਂਦੇ ਹਾਂ। ਕਰੇ ਕਰਾਵੇ ਸਾਈਆਂ ਸਿਰ ਦੂਜੇ ਕੇ ਦੇ, ਯੇ ਸਮਰੱਥ ਉਸੀ ਨੇ ਆਪਣਾ ਨਾਮ ਨਾਲ। ਕੀ ਬਾਤ ਹੈ ਜੀ। ਉਹੀ ਕਰਦਾ ਭਾਅ ਜੀ, ਉਹਨੇ 14-15 ਸਾਲ ਦੇ ਮੁੰਡੇ ਤੋਂ ਕੰਮ ਕਰਾਉਣੇ ਸ਼ੁਰੂ ਕੀਤੇ, ਅੱਜ ਕਾਫੀ ਵਰੇ ਹੋ ਗਏ, 40-45 ਸਾਲ ਹੋ ਗਏ। ਕਰਦੇ 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 ਚੀਜ਼ਾਂ ਆਉਂਦੀਆਂ ਜਾਂਦੀਆਂ ਨੇ। ਮੈਂ ਕੁਛ ਵੀ ਨਹੀਂ ਕੀਤਾ ਔਰ ਕੁਛ ਕਰਨ ਦੇ ਕਾਬਿਲ ਵੀ ਨਹੀਂ ਹੈਗਾ। ਇਮਾਨਦਾਰੀ ਦੱਸ ਰਿਹਾ ਕਿ ਮੇਰੀ ਬੁੱਕ ਆਏਗੀ ਹੁਣ ਅਗਲੇ ਮਹੀਨੇ, ਮੇਰੀ ਬਾਇਓਪਿਕ ਸਫ਼ਰਨਾਮਾ, ਉਹ 'ਚ ਵੀ ਉਹੀ ਮੈਂ ਇਹੋ ਚੀਜ਼ਾਂ ਲਿਖੀਆਂ ਕਿ ਐਸੇ ਜ਼ਰੇ ਨੂੰ ਜਿਸਨੂੰ ਕੁਛ ਵੀ ਨਹੀਂ ਆਉਂਦਾ, ਮੇਰੇ ਤੋਂ ਅੱਛੇ ਕਲਾਕਾਰ ਬੈਠੇ ਹਨ, ਮੇਰੇ ਤੋਂ ਅੱਛੇ ਆਰਟਿਸਟ ਬੈਠੇ ਹਨ, ਰਾਈਟਰ ਬੈਠੇ ਹਨ, ਡਾਇਰੈਕਟਰ ਬੈਠੇ ਹਨ, ਮਗਰ ਜੋ ਉਹਨੇ ਉਹ ਰੁਤਬਾ ਬਖਸ਼ ਦਿੱਤਾ, ਪਤਾ ਨਹੀਂ ਕਿਹੜੇ ਕਰਮਾਂ ਕਰੇ ਬਖਸ਼ ਦਿੱਤਾ, ਤੋ ਜੋ ਵੀ ਇਹਦਾ ਕ੍ਰੈਡਿਟ ਹੈ ਭਾਅ ਜੀ ਸਿਰਫ ਉਹਦਾ, ਔਰ ਜਾਂ ਆਪ ਜੇ ਵੈਸੇ ਲੋਕਾਂ ਦੇ ਪਿਆਰ ਦਾ, ਮੁਹੱਬਤ ਦਾ, ਜੋ ਆਸਟ੍ਰੇਲੀਆ, ਮਤਲਬ ਕਹਿਣਾ ਬੜਾ ਆਸਾਨ ਹੁੰਦਾ ਭਾਅ ਜੀ ਇਸ ਕਿ ਆਸਟ੍ਰੇਲੀਆ ਤੋਂ ਬੰਦਾ ਆਇਆ ਜਾਂ ਕੈਨੇਡਾ ਤੋਂ ਬੰਦਾ ਆਇਆ, ਲੇਕਿਨ ਵਕਤ ਨਿਕਾਲ ਕੇ ਆਉਣਾ ਔਰ ਇਸ ਛੋਟੇ ਜਿਹੇ ਗਰੀਬ ਖਾਨੇ ਦੇ ਵਿੱਚ ਆ ਕੇ ਆਪਣੇ ਚਰਨ ਪਾਉਣਾ, ਇਹ ਮੇਰੇ ਵਰਗੇ ਵਾਸਤੇ ਬਹੁਤ ਮੱਕਾ ਵੀ ਹੋ ਗਿਆ, ਹਜ ਵੀ ਹੋ ਗਿਆ, ਮਦੀਨਾ ਵੀ ਹੋ ਗਿਆ। ਹਰਵਿੰਦਰ ਜੀ, ਇਹ ਤਾਂ ਮੇਰੀ ਖੁਸ਼ਕਿਸਮਤ ਹੀ ਹੈ ਕਿ ਮੈਂ ਅੱਜ ਮੈਂ ਆਪ ਜੀ ਨੂੰ ਫੋਨ ਕੀਤਾ ਅਤੇ ਤੁਸੀਂ ਕਿਹਾ ਕਿ ਆ ਜਾਓ ਚਾਵਲਾ ਜੀ। ਸੋ ਆਈ ਐਮ ਰੀਅਲੀ ਥੈਂਕਫੁਲ ਐਂਡ ਆਈ ਐਮ ਵੈਰੀ ਗ੍ਰੇਟਫੁਲ ਟੂ ਯੂ। ਅਤੇ ਤੁਸੀਂ ਇੱਕ ਸੈਲੀਬ੍ਰਿਟੀ ਕਲੱਬ ਆਫ ਇੰਡੀਆ ਜਿਹੜਾ ਵਰਲਡ ਵਾਈਡ ਤੁਸੀਂ ਬਣਾਇਆ, ਅਤੇ ਮੈਂ ਉਹਦਾ ਵੀ ਤੁਹਾਨੂੰ ਧੰਨਵਾਦ ਦਿੰਦਾ ਕਿ ਹਾਂ ਵੀ ਤੁਸੀਂ ਇੱਕ ਪਲੇਟਫਾਰਮ 'ਤੇ ਸਾਰਿਆਂ ਨੂੰ ਇਕੱਠਾ ਕਰਤਾ ਅਤੇ ਮੈਨੂੰ ਵੀ ਉਸ ਦਾ ਇੱਕ ਹਿੱਸਾ ਬਣਾਇਆ। ਸੋ ਥੈਂਕ ਯੂ ਵੈਰੀ ਮੱਚ ਸਰ। ਕਾਬਿਲ ਸਿਰਫ ਆਪ ਜੀ ਦੀ ਕਾਬਲੀਅਤ, ਆਪ ਜੀ ਦਾ ਹੁਨਰ, ਮੈਂ ਆਪ ਜੀ ਨੂੰ ਪਹਿਲੀ ਵਾਰੀ ਮਿਲ ਰਿਹਾ, ਹਾਂਜੀ ਰੂਬਰੂ ਅਗਰ ਕਿਹਾ ਜਾਵੇ, ਮਤਲਬ ਮੈਂ ਜਿੰਦਾ ਪਹਿਲੀ ਵਾਰੀ ਦੇਖ ਰਿਹਾ ਜੀ ਜੀ, ਲਾਈਵ ਦਾ ਹਿੰਦੀ ਜਿੰਦਾ ਹੀ ਹੁੰਦੀ ਜੀ ਜੀ। ਸੈਲੀਬ੍ਰਿਟੀ ਹੈ ਕੀ? ਮੈਂ ਜਦੋਂ ਸਲੈਨ ਨੂੰ ਸ਼ੁਰੂ ਕੀਤਾ, ਜਦ ਮੈਂ ਫਿਲਮਾਂ 'ਚ ਕੰਮ ਕੀਤਾ, ਤਾਂ ਸੈਲੀਬ੍ਰਿਟੀ ਦਾ ਮੇਰੇ ਵਾਸਤੇ ਮੀਨ ਸੀ ਉਹ ਸਟਾਰਸ, ਉਹ ਲੋਕ ਜੋ ਆਮ ਆਦਮੀ ਦੀ ਪਹੁੰਚ ਤੋਂ ਇੱਥੇ ਹੁੰਦੇ ਨੇ, ਹਾਲਾਂਕਿ ਉਹ ਆਪਣੇ ਕੰਮ ਕਰਕੇ, ਆਪਣੀ ਮਿਹਨਤ ਕਰਕੇ, ਆਪਣੀ ਆਪਣੀ ਕਾਬਲੀਅਤ ਕਰਕੇ ਹੀ ਹੁੰਦੇ ਨੇ, ਲੇਕਿਨ ਐਸੀ ਹੀ ਕਾਬਲੀਅਤ ਹੋਰ ਬਹੁਤ ਸਾਰੀ ਦੁਨੀਆ ਦੇ ਵਿੱਚ ਹੈ ਜਿਹੜੇ ਲਾਈਮ ਲਾਈਟ 'ਚ ਨਹੀਂ ਆਉਂਦੇ, ਜਾਂ ਆਉਂਦੇ ਨੇ ਅਤੇ ਉਹ ਉਸ ਤਰ੍ਹਾਂ ਨਹੀਂ ਦਿਖਦੇ, ਜਾਂ ਉਸ ਉਹ ਬੜੇ ਆਪਣੇ ਸਿੰਪਲਸਿਟੀ ਦੇ ਨਾਲ ਆਪਣੀ ਲਾਈਫ ਨੂੰ ਬਤੀਤ ਕਰ ਰਹੇ ਹੁੰਦੇ ਨੇ, ਆਪਣੀ ਮਸਤੀ 'ਚ ਹੁੰਦੇ ਨੇ, ਆਪਣੇ ਕੰਮ ਦਾ ਧਿਆਨ ਦਿੰਦੇ ਨੇ। ਬਿਲਕੁਲ ਬਿਲਕੁਲ। ਉਹਨਾਂ ਸਾਰਿਆਂ ਕਾਬਲ ਵਿਅਕਤੀਆਂ ਨੂੰ ਅਗਰ ਅਸੀਂ ਇੱਕ ਜਗ੍ਹਾ ਰੱਖ ਦਈਏ, ਜਿਹਦੇ ਵਿੱਚ ਅਸੀਂ ਸਭ ਤੋਂ ਵੱਧ ਪਲੱਸ ਪੁਆਇੰਟ ਆਈ ਸੀ ਇਸ ਕਲੱਬ ਦਾ ਕਿ ਮਨੀ ਇਨਵੋਲਵ ਨਹੀਂ ਕੀਤੀ, ਕਿਉਂਕਿ ਪੈਸਾ ਇਨਵੋਲਵ ਕਰਦੇ ਹੀ ਉਹ ਧੰਦਾ ਬਣ ਜਾਂਦਾ। ਬਿਲਕੁਲ। ਫਿਰ ਉਹ ਬਿਜ਼ਨਸ ਆ ਜਾਂਦਾ ਔਰ ਬਿਜ਼ਨਸ ਬਣਨ ਦੇ ਬਾਅਦ ਉਹਦੇ 'ਚ ਫਿਰ ਨਫਾ ਨੁਕਸਾਨ ਸ਼ੁਰੂ ਹੋ ਜਾਂਦਾ। ਸੋ ਸਭ ਤੋਂ ਬੈਟਰ ਹੈ ਕਿ ਸਿਰਫ ਦਿਲ ਨਾਲ ਦਿਲ ਦੇ ਰਿਸ਼ਤੇ ਜੋੜੋ, ਇਨਸਾਨ ਨਾਲ ਇਨਸਾਨ ਦੇ ਰਿਸ਼ਤੇ ਜੋੜੋ। ਸੋ
मेरा तो यही मानना है कि मानस की देव सब एक पहचान, वो सब एक ही पहचान है, उन्हें एक बनाया जन्म दे वेले, हिंदू मुस्लिम सिख अंग्रेज जिन्हें हबशी या जिसनों भी कह लो, सेम बच्चे की शक्ल होंगी है, वही नक होंगे, वही कान होंगे, उम्र ही लुक होंगे, आदतें भी वही होंगे बच्चे दी। बदलता साडा समाज है, असी खुद जिम्मेवार हाँ अच्छाई दे भी बुराई दे भी, उसने विवेक दिता है सिर्फ इंसान नू। बिल्कुल बिल्कुल, आखिरी जाम है भाजी उस 84 लाख यूनिया का आखिरी डंडा है, जब तुम फिसलिया ना तो फिर कितों डिगोगे अल्लाह ही जानता। रविंद्र जी एक चीज मैं जरूर कहूंगा तुम्हें, एक एक छोटी जी मैं अर्जी देके जा रहा हूं कि कभी इस ना चीज नु भी किसी रोल विच जे तुसी लेना चाहो तो मैं मेलबर्न तो आ जाऊंगा। और उसी शख्स की कहानी है जो अपना वतन छड़ के जाता तो है पर वो जिहड़ियां जड़ां दी लिपटन होंदी है, पेड़ जिहड़ा है ना वह जड़ां दी निचों जमीन दे विचों पत्थर नू हर चीज़ नू फड़ लैंदा है, पेड़ की जड़ तो पुटना बड़ा ही औखा होंदा है चाहे तुसीं जिन्ने मर्जी यतन कर लो। बिल्कुल, वो जिहड़ा पेन है जो असीं पेड़ कट देंदे हां, कहिंदे ना पेड़ नहीं कटना चाहिए, वह जीव होंदा उहदे अंदर, उवें इंसान जो अपने वतन तो दूर जाता, वतन जिते वह जन्मया होंगे कम से कम, जो उत्थे जमे चलो तो उत्थे जमे, वो पेन कितने ना कितने वो टीस उस आर्ट उस बंदे दी वो कहानी है, रब ने कभी मिलाया तो मैं जरूर जरूर आप जी के उत्ते आ के मैं आप जी नूं लैके मैं बिल्कुल ऑन स्क्रीन में वादा कर रहा। रविंद्र जी थैंक यू वेरी मच, और थोड़े टाइम देने का भी बहुत बहुत शुक्रिया, मिलेंगे छेती ब्रेक तो बाद। शुक्रिया सर, बहुत बहुत मेहरबानी, आंदे रहो जींदे रहो, चाह ठंडी हो रही है अभी, चाह पिलाओ पहले साहब।